ਰੱਖੜੀ ਦਾ ਤਿਉਹਾਰ ਦੁਪਹਿਰ 1:30 ਵਜੇ ਮਨਾਇਆ ਜਾਏਗਾ। ਤੁਹਾਨੂੰ ਦੱਸ ਦਈਏ ਕਿ ਸਿੱਧ ਸ਼ਕਤੀ ਪੀਠ ਬਾਬਾ ਲਾਲ ਦਿਆਲ ਜੀ ਮੰਦਿਰ ਗੋਸਾਈਪੁਰ ਧਾਮ ਦੇ ਧਾਰਮਿਕ ਰਾਜ ਪੁਰੋਹਿਤ ਪੰਡਿਤ ਰਮੇਸ਼ ਸ਼ਾਸਤਰੀ ਨੇ ਦੱਸਿਆ ਕਿ ਇਸ ਸਾਲ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਰੱਖੜੀ ਬੰਦਰ 19 ਅਗਸਤ ਦਿਨ ਸੋਮਵਾਰ ਨੂੰ ਜਾਣੀ ਕਿ ਅੱਜ ਮਨਾਇਆ ਜਾਵੇਗਾ, ਲੇਕਿਨ ਇਸ ਨੂੰ ਮਨਾਉਣ ਦਾ ਸਮਾਂ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ। ਪੱਧਰਾ ਰਹੇਗੀ। ਸ਼ਾਸਤਰਾਂ ਦੇ ਅਨੁਸਾਰ ਰੱਖੜੀ ਦਾ ਤਿਉਹਾਰ ਪੱਧਰਾਂ ਦੇ ਸਮੇਂ ਵਿੱਚ ਨਹੀਂ ਮਨਾਇਆ ਜਾਣਾ ਚਾਹੀਦਾ। ਇਸ ਲਈ 19 ਅਗਸਤ ਨੂੰ ਸੋਮਵਾਰ ਨੂੰ ਦੁਪਹਿਰ 1:31 ਤੋਂ ਬਾਅਦ ਹੀ ਰੱਖੜੀ ਦਾ ਤਿਉਹਾਰ ਮਨਾਓ। ਤੁਹਾਨੂੰ ਦੱਸ ਦਈਏ ਕਿ ਰੱਖੜੀ ਇੱਕ ਅਜਿਹਾ ਤਿਉਹਾਰ ਹੈ ਜੋ ਭੈਣ ਭਰਾਵਾਂ ਨੂੰ ਪਿਆਰ ਦੇ ਬੰਧਨ ਵਿੱਚ ਬੰਨ੍ਹਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਹੱਥਾਂ ਤੇ ਰੱਖਿਆ ਸੂਤਰ ਬੰਨ੍ਹਦੀਆਂ ਹਨ ਅਤੇ ਇਸ ਦਿਨ ਭੈਣਾਂ ਆਪਣੇ ਭਰਾ ਦੇ ਮੱਥੇ ਤੇ ਤਿਲਕ ਲਗਾਉਂਦੀਆਂ, ਭਰਾ ਦੀ ਆਰਤੀ ਕਰਦੀਆਂ ਨੇ ਅਤੇ ਮਿਠਾਈਆਂ ਖਵਾਉਂਦੀਆਂ ਨੇ। ਭਾਰਤੀ ਤਿਉਹਾਰਾਂ ਵਿੱਚੋਂ ਰੱਖੜੀ ਇੱਕ ਮਹੱਤਵਪੂਰਨ ਅਤੇ ਇਤਿਹਾਸਿਕ ਤਿਉਹਾਰ ਹੈ। ਧਾਰਮਿਕ ਗ੍ਰੰਥਾਂ ਅਨੁਸਾਰ ਇੱਕ ਵਾਰ ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਹੱਥ ਜ਼ਖਮੀ ਹੋ ਗਿਆ ਤਾਂ ਦ੍ਰੌਪਦੀ ਨੇ ਤੁਰੰਤ ਆਪਣੀ ਸਾੜੀ ਫਾੜ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਹੱਥ ਤੇ ਬੰਨ੍ਹ ਦਿੱਤੀ। ਇਸ ਬੰਧਨ ਦੇ ਕਰਜ਼ਦਾਰ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਦ੍ਰੌਪਦੀ ਦੀ ਚੀਰ ਹਰਨ ਕਰਦੇ ਇੱਜ਼ਤ ਰੱਖੀ ਸੀ। ਰੱਖੜੀ ਦੇ ਧਾਗੇ ਦੀਆਂ ਅਜੇ ਜਿਨ੍ਹਾਂ ਵਿੱਚ ਭੈਣਾਂ ਲਈ ਭਰਾਵਾਂ ਨੇ ਖੁਸ਼ੀ ਖੁਸ਼ੀ ਆਪਣੀ ਜਾਨ ਕੁਰਬਾਨ ਕੀਤੀ ਹੈ। ਦੱਸ ਦਈਏ ਕਿ ਜੇਕਰ ਤੁਸੀਂ ਵੀ ਸ਼ਾਸਤਰਾਂ ਦੇ ਅਨੁਸਾਰ ਚੱਲਦੇ ਹੋ ਤਾਂ ਰੱਖੜੀ 1:31 ਤੋਂ ਬਾਅਦ ਹੀ ਬੰਨਣੀ ਸ਼ੁਰੂ ਕਰੋ। ਬਿਊਰੋ ਰਿਪੋਰਟ, ਜ਼ੀ ਕੇ ਆਰ ਟੀਵੀ।